ਤੇ ਹੁਣ ਗੱਲ ਪੰਜਾਬ ਪੁਲਿਸ ਦੀ। ਪੰਜਾਬ ਪੁਲਿਸ ਤੁਹਾਡੀ ਸੇਵਾ 'ਚ, ਇਹ ਕਥਨ ਅਕਸਰ ਹੀ ਲਿਖਿਆ ਜਾਂਦਾ, ਪਰ ਪੰਜਾਬ ਪੁਲਿਸ ਵੱਲੋਂ ਗੁਰੂ ਕੀ ਨਗਰੀ 'ਚ ਦੋ ਨੌਜਵਾਨਾਂ ਦੀ ਸੇਵਾ ਕੁਝ ਵੱਖਰੇ ਅੰਦਾਜ਼ 'ਚ ਕੀਤੀ ਗਈ, ਜਿਸ ਲਈ ਅਕਸਰ ਹੀ ਪੰਜਾਬ ਦਾ ਆਵਾਮ ਪੰਜਾਬ ਪੁਲਿਸ ਦੀ ਗੱਲ ਕਰਦਾ ਹੈ। ਬੇਸ਼ੱਕ ਪੁਲਿਸ ਵੱਲੋਂ ਨੌਜਵਾਨਾਂ ਦੀ ਕੁੱਟਮਾਰ ਕਰਕੇ ਇਸ ਕਾਰਵਾਈ 'ਤੇ ਪਰਦਾ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਪਰ ਫਿਰ ਵੀ ਪੰਜਾਬ ਪੁਲਿਸ ਦੀ ਇਹ ਕਾਰਵਾਈ ਸਭ ਦੇ ਸਾਹਮਣੇ ਆ ਗਈ। ਪੰਜਾਬ ਪੁਲਿਸ ਤੁਹਾਡੀ ਸੇਵਾ 'ਚ ਜਾਂ ਪੰਜਾਬ ਪੁਲਿਸ ਐਟ ਯੂਅਰ ਸਰਵਿਸ, ਇਹ ਕਥਨ ਤੁਸੀਂ ਕਈ ਵਾਰ ਲਿਖਿਆ ਦੇਖਿਆ ਵੀ ਹੋਵੇਗਾ ਅਤੇ ਆਪਣੇ ਕੰਨਾਂ ਨਾਲ ਸੁਣਿਆ ਵੀ ਹੋਵੇਗਾ। ਪੰਜਾਬ ਪੁਲਿਸ ਵੱਲੋਂ ਗੁਰੂ ਕੀ ਨਗਰੀ ਅੰਮ੍ਰਿਤਸਰ 'ਚ ਦੋ ਨੌਜਵਾਨਾਂ ਦੀ ਸੇਵਾ ਕੁਝ ਇਸ ਤਰ੍ਹਾਂ ਕੀਤੀ ਗਈ, ਜਿਸ ਤਰ੍ਹਾਂ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਜਦੋਂ ਪੁਲਿਸ ਇੱਕ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟ ਰਹੀ ਸੀ ਤਾਂ ਉਸਦੇ ਸਾਥੀ ਨੌਜਵਾਨ ਨੇ ਪੁਲਿਸ ਦੀ ਕਾਰਵਾਈ ਨੂੰ ਆਪਣੇ ਫੋਨ ਦੇ ਕੈਮਰੇ 'ਚ ਕੈਦ ਕਰਨਾ ਚਾਹਿਆ ਤਾਂ ਪੁਲਿਸ ਵੱਲੋਂ ਉਸ ਨੌਜਵਾਨ ਨੂੰ ਫੜ ਕੇ ਉਸਦੇ ਥੱਪੜ ਮਾਰੇ ਗਏ ਅਤੇ ਫੋਨ ਖੋ ਕੇ ਵੀਡੀਓ ਡਿਲੀਟ ਕਰ ਦਿੱਤੀ ਗਈ। ਇਸ ਕਾਰਵਾਈ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਇੰਝ ਲੱਗਿਆ ਕਿ ਉਹਨਾਂ ਵੱਲੋਂ ਆਮ ਲੋਕਾਂ ਦੀ ਕੀਤੀ ਗਈ ਸੇਵਾ ਦਾ ਨਾਮੋ ਨਿਸ਼ਾਨ ਮਿਟ ਗਿਆ, ਪਰ ਦੁਕਾਨ 'ਚ ਲੱਗੇ CCTV ਫੁਟੇਜ ਨੇ ਪੁਲਿਸ ਦੀ ਇਸ ਕਾਰਵਾਈ ਨੂੰ ਸਭ ਅੱਗੇ ਲੈ ਆਂਦਾ। ਪੀੜਤ ਨੌਜਵਾਨ ਦਾ ਕਸੂਰ ਕੀ ਸੀ, ਇਹ ਉਸ ਨੌਜਵਾਨ ਦੀ ਜ਼ੁਬਾਨੀ ਸੁਣ ਲੈਂਦੇ ਹਾਂ। ਕੁਛ ਪੁਲਿਸ ਵਾਲਿਆਂ ਨੇ ਹਮਾਰੇ ਸਾਥ ਬਦਤਮੀਜ਼ੀ ਕਰਨੀ ਸ਼ੁਰੂ ਕਰ ਦੀ। ਮੇਰੇ ਕਜ਼ਨ ਕੇ ਸਾਥ ਧੱਕਾ ਮੁੱਕੀ ਹੋ ਗਈ, ਤੋ ਮੈਨੇ ਆਪਣੇ ਮੋਬਾਈਲ ਸੇ ਉਸਕੀ ਇੱਕ ਵੀਡੀਓ ਸ਼ੂਟ ਕਰਨਾ ਸ਼ੁਰੂ ਕਰ ਦਿਆ। ਜੋ ਦੇਖਤੇ ਹੋਏ ਕੁਛ ਪੁਲਿਸ ਵਾਲਿਆਂ ਨੇ ਆ ਕੇ ਮੇਰੇ ਪਰ ਹੱਥ ਮੇਰੇ ਕੋਲ ਚਪੇਰੇ ਮਾਰਨੇ ਸ਼ੁਰੂ ਕਰ ਦਿਆ, ਮੇਰੇ ਕੋਲ ਧੱਕਾ ਜਾ ਕੇ ਨੀਚੇ ਗਿਰਾ ਦਿਆ। ਬਾਕੀ ਜੋ ਵੀ ਹੋਇਆ ਹੈ ਉਹ CCTV ਕੈਮਰੇ ਮੇਰੇ ਰਿਕਾਰਡ ਹੋ ਚੁੱਕਾ ਹੈ, ਜੋ ਆਪ ਉਸਮੇ ਦੇਖ ਸਕਦੇ ਹੈ। ਹਾਂ, ਮੈਂ ਯਹੀ ਚਾਹਤਾ ਹੂੰ ਕਿ ਉਨਕੇ ਸਾਥ ਸਖਤ ਸੇ ਸਖਤ ਕਾਰਵਾਈ ਹੋ। ਜੋ ਉਹਨੂੰ ਮੇਰੇ ਸਾਥ ਕੀਆ ਉਹ ਹਰ ਕਿਸੀ ਕੇ ਸਾਥ ਕਰਤੇ ਹੈ, ਨਾ ਕਿ ਭਾਈ ਖੜੇ ਹੋ ਕੇ ਪੈਸੇ ਮੰਗਤੇ ਹੈ ਔਰ ਕਿਸੀ ਕੀ ਬਾਤ ਨਹੀਂ ਸੁਣਤੇ। ਮੇਰੀ ਇਹ ਮੀਡੀਆ ਸੇ ਇਲਤਜਾ ਹੈ ਕਿ ਇਨਕੋ ਕੁਛ ਸਬਕ ਮਿਲਣਾ ਚਾਹੀਏ। ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਹੀ ਕੁਝ ਆਖਣ ਦੀ ਗੱਲ ਆਖੀ ਜਾ ਰਹੀ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੇ ਅਭੀ ਮੇਰੇ ਪਾਸ ਕੰਪਲੇਂਟ ਆਈ ਹੈ ਇਸ ਚੀਜ਼ ਕੀ, ਉਸਕੀ ਛਾਣਬੀਣ ਹੋ ਰਹੀ ਹੈ, ਛਾਣਬੀਣ ਹੋਣ ਕੇ ਬਾਅਦ ਜੋ ਮੁਲਜ਼ਮ ਪਾਇਆ ਗਿਆ ਉਸਕੇ ਖਿਲਾਫ਼ ਕਾਰਵਾਈ ਕਰੋ। ਪੰਜਾਬ ਪੁਲਿਸ ਵੱਲੋਂ ਕੀਤੀ ਗਈ ਇਹ ਕਾਰਵਾਈ ਨੇ ਪੁਲਿਸ ਵੱਲੋਂ ਲੋਕਾਂ ਦੀ ਕੀਤੀ ਜਾਣ ਵਾਲੀ ਸੇਵਾ ਦੀ ਤਸਵੀਰ ਇੱਕ ਵਾਰ ਫਿਰ ਸਭ ਦੇ ਸਾਹਮਣੇ ਲੈ ਆਉਂਦੀ ਹੈ। ਪੰਜਾਬ ਦੇ ਨਵ ਨਿਯੁਕਤ DGP ਸੁਰੇਸ਼ ਅਰੋੜਾ ਵੱਲੋਂ ਪੁਲਿਸ ਅਤੇ ਆਮ ਜਨਤਾ ਦੇ ਵਿੱਚ ਸੰਬੰਧਾਂ ਨੂੰ ਠੀਕ ਕਰਨ ਦੇ ਦਾਅਵੇ ਕੀਤੇ ਜਾ ਰਹੇ ਸਨ, ਪਰ ਪੁਲਿਸ ਵੱਲੋਂ ਇਸ ਤਰ੍ਹਾਂ ਨੌਜਵਾਨਾਂ ਨੂੰ ਕੁੱਟ ਕੇ ਜੋ ਖੌਫ਼ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ, ਇਹ ਇੱਕ ਚਿੰਤਾ ਦਾ ਵਿਸ਼ਾ ਹੈ। ਬਿਊਰੋ ਰਿਪੋਰਟ, ਗਲੋਬਲ ਪੰਜਾਬ TV।